ਹਰਿਆਣਾ ਦੇ ਵਿੱਚ ਗਊ ਰੱਖਿਆ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ। ਇਸ ਵਾਰ ਇਸ ਘਟਨਾ ਦੇ ਵਿੱਚ ਇੱਕ ਮਾਸੂਮ ਜਾਨ ਨੂੰ ਸ਼ਿਕਾਰ ਬਣਾਇਆ ਗਿਆ। ਹਰਿਆਣਾ ਦੇ ਫਰੀਦਾਬਾਦ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ 12ਵੀਂ ਜਮਾਤ 'ਚ ਪੜ੍ਹਨ ਵਾਲਾ ਇੱਕ ਵਿਦਿਆਰਥੀ ਗਊ ਰੱਖਿਅਕਾਂ ਦੀ ਹਿੰਸਾ ਦਾ ਸ਼ਿਕਾਰ ਹੋ ਗਿਆ। ਬਿਨਾਂ ਕਿਸੇ ਠੋਸ ਸਬੂਤ ਦੇ 19 ਸਾਲਾਂ ਦੇ ਇਸ ਨੌਜਵਾਨ ਨੂੰ ਗਊ ਰੱਖਿਅਕਾਂ ਵੱਲੋਂ ਗਊ ਤਸਕਰ ਸਮਝਿਆ ਗਿਆ ਸੀ, ਜਿਸ ਤੋਂ ਬਾਅਦ ਬਿਨਾਂ ਕਿਸੇ ਪੁੱਛਗਿੱਛ ਦੇ ਉਸਨੂੰ ਗੋਲੀ ਮਾਰ ਦਿੱਤੀ। ਵਾਪਰੀ ਜਦੋਂ 5 ਕਥਿਤ ਗਊ ਰੱਖਿਅਕ ਵਿਦਿਆਰਥੀ ਦੀ ਕਾਰ ਦਾ 25 ਕਿਲੋਮੀਟਰ ਤੱਕ ਪਿੱਛਾ ਕਰਦੇ ਰਹੇ। ਉਹਨਾਂ ਦੀਆਂ ਨਜ਼ਰਾਂ ਕਾਰ 'ਚ ਬੈਠੇ ਇਸ ਨੌਜਵਾਨ 'ਤੇ ਟਿੱਕੀਆਂ ਸੀ, ਜਿਵੇਂ ਕਿ ਉਹ ਕੋਈ ਖੌਫਨਾਕ ਅਪਰਾਧੀ ਹੋਵੇ। ਪੁਲਿਸ ਮੁਤਾਬਕ 23 ਅਗਸਤ ਦੀ ਅੱਧੀ ਰਾਤ ਨੂੰ ਆਰਿਅਨ ਮਿਸ਼ਰਾ ਆਪਣੇ ਦੋਸਤਾਂ ਦੇ ਨਾਲ ਸ਼ੌਂਕੀ ਤੌਰ 'ਤੇ ਡਸਟਰ ਕਾਰ 'ਚ ਘੁੰਮ ਰਿਹਾ ਸੀ। ਤਿੰਨੇ ਦੋਸਤ ਘਰ ਤੋਂ ਕਾਰ ਦੇ ਵਿੱਚ ਨੂਡਲ ਖਾਣ ਲਈ ਆਏ ਸਨ। ਇਸ ਦੌਰਾਨ ਕਥਿਤ ਗਊ ਰੱਖਿਅਕਾਂ ਨੇ ਆਰਿਅਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ ਕਾਬੂ ਕੀਤੇ ਗਏ ਮੁਜਰਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਪਸ਼ੂ ਤਸਕਰ ਡਸਟਰ ਅਤੇ ਫੋਰਚੂਨਰ ਗੱਡੀਆਂ ਲੈ ਕੇ ਸ਼ਹਿਰ ਦੇ ਵਿੱਚ ਘੁੰਮ ਰਹੇ ਹਨ। ਮੁਜਰਮਾਂ ਨੇ ਪੁੱਛਗਿੱਛ ਦੌਰਾਨ ਇਹ ਵੀ ਦਾਅਵਾ ਕੀਤਾ ਕਿ ਪਸ਼ੂ ਤਸਕਰ ਆਪਣੇ ਸਾਥੀਆਂ ਨੂੰ ਵੱਖ-ਵੱਖ ਥਾਵਾਂ ਤੋਂ ਟਰੱਕਾਂ ਦੇ ਵਿੱਚ ਗਾਵਾਂ ਲੱਦਣ ਲਈ ਬੁਲਾ ਰਹੇ ਸਨ। ਗਊ ਰੱਖਿਅਕ ਵੀ ਇਹਨਾਂ ਪਸ਼ੂ ਤਸਕਰਾਂ ਦੀ ਭਾਲ ਲਈ ਸਰਗਰਮ ਹੋ ਗਿਆ ਅਤੇ ਇਸ ਦੌਰਾਨ ਉਹਨਾਂ ਨੇ ਆਰਿਅਨ ਮਿਸ਼ਰਾ ਨੂੰ ਗੋਲੀ ਮਾਰ ਦਿੱਤੀ। ਹਰਿਆਣਾ ਦੇ ਵਿੱਚ ਗਊ ਰੱਖਿਆ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ। ਇਸ ਵਾਰ ਇਸ ਘਟਨਾ ਦੇ ਵਿੱਚ ਇੱਕ ਮਾਸੂਮ ਜਾਨ ਨੂੰ ਸ਼ਿਕਾਰ ਬਣਾਇਆ ਗਿਆ। ਹਰਿਆਣਾ ਦੇ ਫਰੀਦਾਬਾਦ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ 12ਵੀਂ ਜਮਾਤ 'ਚ ਪੜ੍ਹਨ ਵਾਲਾ ਇੱਕ ਵਿਦਿਆਰਥੀ ਗਊ ਰੱਖਿਅਕਾਂ ਦੀ ਹਿੰਸਾ ਦਾ ਸ਼ਿਕਾਰ ਹੋ ਗਿਆ। ਬਿਨਾਂ ਕਿਸੇ ਠੋਸ ਸਬੂਤ ਦੇ 19 ਸਾਲਾਂ ਦੇ ਇਸ ਨੌਜਵਾਨ ਨੂੰ ਗਊ ਰੱਖਿਅਕਾਂ ਵੱਲੋਂ ਗਊ ਤਸਕਰ ਸਮਝਿਆ ਗਿਆ ਸੀ, ਜਿਸ ਤੋਂ ਬਾਅਦ ਬਿਨਾਂ ਕਿਸੇ ਪੁੱਛਗਿੱਛ ਦੇ ਉਸਨੂੰ ਗੋਲੀ ਮਾਰ ਦਿੱਤੀ। ਵਾਪਰੀ ਜਦੋਂ 5 ਕਥਿਤ ਗਊ ਰੱਖਿਅਕ ਵਿਦਿਆਰਥੀ ਦੀ ਕਾਰ ਦਾ 25 ਕਿਲੋਮੀਟਰ ਤੱਕ ਪਿੱਛਾ ਕਰਦੇ ਰਹੇ। ਉਹਨਾਂ ਦੀਆਂ ਨਜ਼ਰਾਂ ਕਾਰ 'ਚ ਬੈਠੇ ਇਸ ਨੌਜਵਾਨ 'ਤੇ ਟਿੱਕੀਆਂ ਸੀ, ਜਿਵੇਂ ਕਿ ਉਹ ਕੋਈ ਖੌਫਨਾਕ ਅਪਰਾਧੀ ਹੋਵੇ। ਪੁਲਿਸ ਮੁਤਾਬਕ 23 ਅਗਸਤ ਦੀ ਅੱਧੀ ਰਾਤ ਨੂੰ ਆਰਿਅਨ ਮਿਸ਼ਰਾ ਆਪਣੇ ਦੋਸਤਾਂ ਦੇ ਨਾਲ ਸ਼ੌਂਕੀ ਤੌਰ 'ਤੇ ਡਸਟਰ ਕਾਰ 'ਚ ਘੁੰਮ ਰਿਹਾ ਸੀ। ਤਿੰਨੇ ਦੋਸਤ ਘਰ ਤੋਂ ਕਾਰ ਦੇ ਵਿੱਚ ਨੂਡਲ ਖਾਣ ਲਈ ਆਏ ਸਨ। ਇਸ ਦੌਰਾਨ ਕਥਿਤ ਗਊ ਰੱਖਿਅਕਾਂ ਨੇ ਆਰਿਅਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ ਕਾਬੂ ਕੀਤੇ ਗਏ ਮੁਜਰਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਪਸ਼ੂ ਤਸਕਰ ਡਸਟਰ ਅਤੇ ਫੋਰਚੂਨਰ ਗੱਡੀਆਂ ਲੈ ਕੇ ਸ਼ਹਿਰ ਦੇ ਵਿੱਚ ਘੁੰਮ ਰਹੇ ਹਨ। ਮੁਜਰਮਾਂ ਨੇ ਪੁੱਛਗਿੱਛ ਦੌਰਾਨ ਇਹ ਵੀ ਦਾਅਵਾ ਕੀਤਾ ਕਿ ਪਸ਼ੂ ਤਸਕਰ ਆਪਣੇ ਸਾਥੀਆਂ ਨੂੰ ਵੱਖ-ਵੱਖ ਥਾਵਾਂ ਤੋਂ ਟਰੱਕਾਂ ਦੇ ਵਿੱਚ ਗਾਵਾਂ ਲੱਦਣ ਲਈ ਬੁਲਾ ਰਹੇ ਸਨ। ਗਊ ਰੱਖਿਅਕ ਵੀ ਇਹਨਾਂ ਪਸ਼ੂ ਤਸਕਰਾਂ ਦੀ ਭਾਲ ਲਈ ਸਰਗਰਮ ਹੋ ਗਿਆ ਅਤੇ ਇਸ ਦੌਰਾਨ ਉਹਨਾਂ ਨੇ ਆਰਿਅਨ ਮਿਸ਼ਰਾ ਨੂੰ ਗੋਲੀ ਮਾਰ ਦਿੱਤੀ। ਹਰਿਆਣਾ ਦੇ ਵਿੱਚ ਗਊ ਰੱਖਿਆ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਗਿਆ। ਇਸ ਵਾਰ ਇਸ ਘਟਨਾ ਦੇ ਵਿੱਚ ਇੱਕ ਮਾਸੂਮ ਜਾਨ ਨੂੰ ਸ਼ਿਕਾਰ ਬਣਾਇਆ ਗਿਆ। ਹਰਿਆਣਾ ਦੇ ਫਰੀਦਾਬਾਦ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ 12ਵੀਂ ਜਮਾਤ 'ਚ ਪੜ੍ਹਨ ਵਾਲਾ ਇੱਕ ਵਿਦਿਆਰਥੀ ਗਊ ਰੱਖਿਅਕਾਂ ਦੀ ਹਿੰਸਾ ਦਾ ਸ਼ਿਕਾਰ ਹੋ ਗਿਆ। ਬਿਨਾਂ ਕਿਸੇ ਠੋਸ ਸਬੂਤ ਦੇ 19 ਸਾਲਾਂ ਦੇ ਇਸ ਨੌਜਵਾਨ ਨੂੰ ਗਊ ਰੱਖਿਅਕਾਂ ਵੱਲੋਂ ਗਊ ਤਸਕਰ ਸਮਝਿਆ ਗਿਆ ਸੀ, ਜਿਸ ਤੋਂ ਬਾਅਦ ਬਿਨਾਂ ਕਿਸੇ ਪੁੱਛਗਿੱਛ ਦੇ ਉਸਨੂੰ ਗੋਲੀ ਮਾਰ ਦਿੱਤੀ। ਵਾਪਰੀ ਜਦੋਂ 5 ਕਥਿਤ ਗਊ ਰੱਖਿਅਕ ਵਿਦਿਆਰਥੀ ਦੀ ਕਾਰ ਦਾ 25 ਕਿਲੋਮੀਟਰ ਤੱਕ ਪਿੱਛਾ ਕਰਦੇ ਰਹੇ। ਉਹਨਾਂ ਦੀਆਂ ਨਜ਼ਰਾਂ ਕਾਰ 'ਚ ਬੈਠੇ ਇਸ ਨੌਜਵਾਨ 'ਤੇ ਟਿੱਕੀਆਂ ਸੀ, ਜਿਵੇਂ ਕਿ ਉਹ ਕੋਈ ਖੌਫਨਾਕ ਅਪਰਾਧੀ ਹੋਵੇ। ਪੁਲਿਸ ਮੁਤਾਬਕ 23 ਅਗਸਤ ਦੀ ਅੱਧੀ ਰਾਤ ਨੂੰ ਆਰਿਅਨ ਮਿਸ਼ਰਾ ਆਪਣੇ ਦੋਸਤਾਂ ਦੇ ਨਾਲ ਸ਼ੌਂਕੀ ਤੌਰ 'ਤੇ ਡਸਟਰ ਕਾਰ 'ਚ ਘੁੰਮ ਰਿਹਾ ਸੀ। ਤਿੰਨੇ ਦੋਸਤ ਘਰ ਤੋਂ ਕਾਰ ਦੇ ਵਿੱਚ ਨੂਡਲ ਖਾਣ ਲਈ ਆਏ ਸਨ। ਇਸ ਦੌਰਾਨ ਕਥਿਤ ਗਊ ਰੱਖਿਅਕਾਂ ਨੇ ਆਰਿਅਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ ਕਾਬੂ ਕੀਤੇ ਗਏ ਮੁਜਰਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਨੂੰ
ਤੋਂ ਸੂਚਨਾ ਮਿਲੀ ਸੀ ਕਿ ਕੁਝ ਪਸ਼ੂ ਤਸਕਰ ਡਸਟਰ ਅਤੇ ਫੋਰਚੂਨਰ ਗੱਡੀਆਂ ਲੈ ਕੇ ਸ਼ਹਿਰ ਦੇ ਵਿੱਚ ਘੁੰਮ ਰਹੇ ਹਨ। ਮੁਜਰਮਾਂ ਨੇ ਪੁੱਛਗਿੱਛ ਦੌਰਾਨ ਇਹ ਵੀ ਦਾਅਵਾ ਕੀਤਾ ਕਿ ਪਸ਼ੂ ਤਸਕਰ ਆਪਣੇ ਸਾਥੀਆਂ ਨੂੰ ਵੱਖ ਵੱਖ ਥਾਵਾਂ ਤੋਂ ਟਰੱਕਾਂ ਦੇ ਵਿੱਚ ਗਾਵਾਂ ਲੱਦਣ ਲਈ ਬੁਲਾ ਰਹੇ ਸਨ। ਗਊ ਰੱਖਿਅਕ ਵੀ ਇਹਨਾਂ ਪਸ਼ੂ ਤਸਕਰਾਂ ਦੀ ਭਾਲ ਲਈ ਸਰਗਰਮ ਹੋ ਗਿਆ ਤੇ ਇਸ ਦੌਰਾਨ ਉਹਨਾਂ ਨੇ ਆਰੀਅਨ ਮਿਸ਼ਰਾ ਨੂੰ ਗੋਲੀ ਮਾਰ ਦਿੱਤੀ।